اج تو میرے خیال ایک سال پہلے میں تھیا سا نہیں رہیا دا مینا ہیں او تے دے دکھ تے ہونے تیرا ایتھے میرے کول بیٹھے رہیا اچھا ہاں تے تسی آئے تسی آ کے مور اما جی تانوں ملان گے مور تسی گرمیاں چ کلی آئے انن ٹکرے میں پنڈ چ بچیاں کول رن تانوں یاد آ ਤੁਸੀਂ ਉਹੀ ਮਾਂ ਜੀ ਹੋ ਉਹ ਮਾਂ ਜੀ ਇੱਥੇ ਨਹੀਂ ਬੈਠਾ ਰਿਹਾ ਮੈਂ ਰੋਂਦੀ ਪਈ ਆ ਤੂੰ ਕੋਲ ਤੂੰ ਮੇਰੀਆਂ ਪੂਜੀਆਂ ਯਾਦ ਕਰ ਰਹਾ ਮਾਂ ਜੀ ਨੂੰ ਯਾਦ ਆ ਕੇ ਉਹ ਰੋਂਦੇ ਪਏ ਸੀ ਕਹਿੰਦੇ ਤੂੰ ਮੇਰੀ ਅੱਖਰੋਂ ਪੂੰਜੀਆਂ ਆ ਮੇਰੇ ਦੋਤੇ ਮੈਂ ਕਿ ਬੱਚੇ ਨਾਲ ਮੰਮੀ ਮਾਰ ਗਈ ਤੇ ਤੁਹਾਡੇ ਕੋਲ ਆ ਕੇ ਬੈਠ ਜੀਏ ਆਓ ਜੀ ਤਰੇ ਮੈਂ ਕੋਈ ਚੀਜ਼ ਹੋਰ ਕਿ ਨੂੰ ਚੁੱਕ ਲਈ ਉਹਨੇ ਬਮਾਰ ਕਰ ਹਾਏ ਅਸਲਾਮ ਅਲੈਕਮ ਮੇਰੀ ਬੇਟੀ ਨੂੰ ਸਾਡੀ ਉਮਰ ਦੀ ਕੈਂਸਰ ਹੋ ਗਿਆ ਕਿੰਨੇ ਵਜੇ ਤੁਸੀਂ ਤੰਦੂਰ ਤਾਂਦੇ ਹੋ ਮੈਂ ਪੁੱਤਰ 10 ਵਜੇ 11 ਵਜੇ ਆ ਜਾਂਦੀ ਹਾਂ ਉੱਥੋਂ ਖਵਾਰਾ ਹੈ ਅੱਛਾ ਹਾਂ ਇਸ ਉਮਰ ਚ ਤੁਸੀਂ ਇੰਨਾ ਗਰਮੀ ਤੰਦੂਰ ਦੀ ਅੱਗੇ ਅੱਗੇ ਬਹਿ ਕੇ ਰੋਟੀਆਂ ਲਾਉਂਦੇ ਹੋ ਤੇ ਕਿਉਂ ਇਹ ਮਿਹਨਤ ਮਸ਼ਕਤ ਕਿਉਂ ਤੈਨੂੰ ਦੱਸਿਆ ਵੀ ਉਹਨਾਂ ਦੀ ਅੰਮੀ ਫੌਤ ਹੋ ਗਈ ਕਿਹਨਾਂ ਦੀ ਅੰਮੀ ਫੌਤ ਹੋ ਗਈ ਮੈਂ ਜਿਹੜੇ ਮੇਰੇ ਦੋਤਰੇ ਆ ਉਹਨਾਂ ਦੀ ਅੱਛਾ ਉਹਨੂੰ ਕੈਂਸਰ ਤੁਹਾਡੀ ਧੀ ਜਿਹੜੀ ਆ ਬੇਟੀ ਜਿਹੜੀ ਆ ਕੈਂਸਰ ਹੋ ਗਿਆ ਕਿਹਨੂੰ ਕੈਂਸਰ ਹੋ ਗਿਆ ਮੇਰੀ ਬੇਟੀ ਨੂੰ ਕੈਂਸਰ ਹੋ ਗਿਆ ਫਿਰ ਉਹ ਬਹੁਤ ਹੋ ਗਏ ਲਵ ਆਪਰੇਸ਼ਨ ਕਰਾਏ ਬਾਈਪਾਸ ਕਰਾਏ ਅੱਛਾ ਨਾ ਦਾਦੀ ਦਾਦਾ ਵੀ ਕੋਈ ਨਾ ਘਰ ਵੇਖ ਗਿਆ ਦਵਾਈ ਮਗੇ ਯਾਨੀ ਕਿ ਉਹ ਕੈਂਸਰ ਨਾਲ ਫੌਤ ਹੋ ਗਏ ਤੇ ਜਿਹੜੇ ਤਮਾਮ ਘਰ ਵੇਚ ਕੇ ਉਹ ਤੇ ਲਾਤਾ ਗਿਆ ਔਰ ਉਸ ਤੋਂ ਬਾਅਦ ਉਹਨਾਂ ਕੋ ਘਰ ਵੀ ਕੋਈ ਨਹੀਂ ਕੋਈ ਨਹੀਂ ਮੇਰੇ ਕੋਲ ਇੱਕ ਨਾ ਸਾਰੇ ਕੋਠੜੀ ਗਈ ਉਹਨਾਂ ਕੋ ਮੈਂ ਬੈਠੀ ਆ ਤੋਂ ਦੁਬਾਰਾ ਧੀ ਜਿਹੜੀਆਂ ਨੇ ਤੁਹਾਡੇ ਕੋਲ ਆ ਗਈ ਹਾਂ ਦੁਬਾਰਾ ਤੁਸੀਂ ਜਿਹੜਾ ਕੰਮ ਕਰਦੇ ਪਏ ਹੋ ਆਪਣੀ ਬੇਟੀ ਵਾਸਤੇ ਕਰਦੇ ਪਏ ਮੈਂ ਹੁਣ ਜਦੋਂ ਬੱਚਿਆਂ ਵਾਸਤੇ ਕਰਦੇ ਬੱਚਿਆਂ ਵਾਸਤੇ ਓਏ ਹੋਏ ਕਿਤਨਾ ਜਜ਼ਬਾ ਪਹਿਲੇ ਧੀ ਨੂੰ ਪਾਲਿਆ ਪੁੱਤਰਾਂ ਨੂੰ ਪਾਲਿਆ ਹੁਣ ਉਹਦੀ ਗਾਂ ਔਲਾਦ ਨੂੰ ਪਾਲਦੇ ਪਏ ਤੇ ਕਿਤਨੇ ਪੈਸੇ ਰੋਜ਼ ਕਮਾ ਲੈਂਦੇ ਹੋ ਕੁਝ 300-400 ਕੋ ਦੇ ਬਣਾ ਲਿਆ 300-400 300-400 ਨਾਲ ਸਿਸਟਮ ਚੱਲਦਾ ਤੁਹਾਡਾ ਘਰ ਦਾ ਉਹ ਇਹ ਲੱਕੜਾਂ ਵਿੱਚ ਲੈਣੀ ਆਟਾ ਮੋਲ ਦਾ ਰੋਣਾ ਨਹੀਂ ਮੇ ਬਾਜੀ ਰੋਣਾ ਨਹੀਂ ਹਾਂਜੀ ਅੱਛਾ ਇਹ ਸਵੇਰ ਆਣ ਕੇ ਤੁਸੀਂ ਆਪ ਤੰਦੂਰ ਤਾਂਦੇ ਹੋ ਆਪ ਰੋਟੀਆਂ ਸਾਰਾ ਕੁਝ ਆ ਸਾਰਿਆਂ ਨੂੰ ਪਤਾ ਮੈਂ ਆਪ ਹੀ ਕਰਨੀ ਅੱਛਾ ਅੱਛਾ ਇੱਥੇ ਮੈਨੂੰ 30 ਸਾਲ ਹੋ ਗਏ ਨਾ 30 ਸਾਲ ਹੋ ਗਿਆ 30 ਸਾਲ ਤੋਂ ਇਸ ਜਗ੍ਹਾ ਤੇ ਇਹ ਰੋਟੀਆਂ ਲਾਉਂਦੇ ਪਏ ਨੇ ਇਸ ਸ਼ਹਿਰ ਦੇ ਵਿੱਚ ਕਈ ਐਮਐਨਏ ਆਏ ਤੇ ਕਈ ਐਮਪੀ ਆਏ ਇਸ ਰੋਡ ਥਾਣੀ ਲੱਖਾਂ ਪਤੀ ਕਰੋੜਾਂ ਪਤੀ ਲੋਕ ਲੰਘਦੇ ਹੋਣਗੇ ਲੇਕਿਨ ਕਦੀ ਕਿਸੇ ਨੇ ਇਹ ਸੋਚਿਆ ਹੋਵੇਗਾ ਕਿ ਅਸੀਂ ਆਪਣੀ ਮਰਨ ਵਾਲੀ ਮਾਂ ਦੇ ਸਦਕੇ ਇਸ ਮਾਂ ਦੇ ਵਾਸਤੇ ਕੁਝ ਕਰ ਲਈਏ ਮਾਂ ਜੀ ਜੀ ਗੱਲ ਇਹ ਆ ਮੈਂ ਇੱਕ ਆਮ ਜਿਹਾ ਇਨਸਾਨ ਆ ਇਹ ਮੇਰੀ ਬੀਵੀ ਆ ਮੈਨੂੰ ਬੜਾ ਅਸੀਂ ਧੁੱਪੇ ਪਤਾ ਤੁਹਾਡੇ ਕਿਉਂ ਆਏ ਆ ਮੈਨੂੰ ਸਾਹ ਸੀ ਕਿ ਕਦੀ ਮੈਂ ਮਾਂ ਜੀ ਕੋ ਜਾਣਾ ਅੱਛਾ ਠੀਕ ਹੈ ਪਹਿਲੇ ਵੀ ਆਏ ਸਾਂ ਤਾਂ ਤੁਸੀਂ ਸਾਨੂੰ ਮਿਲੇ ਨਹੀਂ ਇੱਥੇ ਪੁੱਛਿਆ ਇੰਨਾ ਕੋਲ ਅਸੀਂ ਆਮ ਜਿਹਾ ਇਨਸਾਨ ਆ ਲੇਕਿਨ ਇਹ ਆ ਕਿ ਅੱਲਾ ਪਾਕ ਨੇ ਤੁਹਾਡਾ ਸਪੋਰਟ ਭੇਜੀ ਹੈ ਠੀਕ ਹੈ ਭਾਈ ਫਰਾਜ ਦੇ ਨਾਲ ਸੇ ਰਾਸ਼ਨ ਲੈ ਕੇ ਆਓ ਅਸਤਗਫਿਰullah ਤੁਸੀਂ ਆਏ ਹੋ ਨਹੀਂ ਦੇ ਜਿਹੜੇ ਨਾਲ ਦਾ ਆਪਣਾ ਮਿਲਾਦ ਉਹਦੇ ਮੈਂ ਪੁੱਛਿਆ ਤੁਸੀਂ ਕਿਹਦੇ ਮੈਂ ਮਿਲੇ ਹਾਂਜੀ ਆਏ ਸੀ ਨਾ ਉਸ ਕਾਸ਼ਰੀ ਸੀ ਅੱਛਾ ਮਾਂ ਜੀ ਇਹ ਗੱਲ ਦੱਸੋ ਜ਼ਿੰਦਗੀ ਕਿਦਾਂ ਗੁਜ਼ਰੀ ਹੈ ਜ਼ਿੰਦਗੀ ਬਸ ਅੱਗੇ ਤਾਂ ਸੌਖੀ ਗੁਜ਼ਰਦੀ ਗਈ ਹਾਂ ਬੰਦਾ ਵੀ ਧੀਆਂ ਪੁੱਤਰ ਇਕੱਠੇ ਸਾਰਾ ਮਾਹੌਲ ਇਕੱਠਾ ਹੁਣ ਕਿਦਾਂ ਜ਼ਿੰਦਗੀ ਹੁਣ ਆਪਦੇ ਬੱਚੇ ਆਪੋ ਆਪ ਅੱਛਾ ਮੈਂ ਉਹਨਾਂ ਦੋ ਕਦੀ ਜ਼ਿੰਦਗੀ ਚ ਰੱਬ ਨਾਲ ਗਿਲਾ ਨਹੀਂ ਆਇਆ ਅੱਲਾ ਤਾਂ ਮੋੜ ਵੀ ਨਾ ਕਰੇ ਸੀ ਗਿਲਾ ਰੱਬ ਹਾਂ ਕਹਿੰਦੇ ਮੋੜ ਵੀ ਨਾ ਕਰੇ ਸਾਂ ਭਾਵੇਂ ਜਿੱਦਾਂ ਮਰਜ਼ੀ ਜ਼ਿੰਦਗੀ ਹੋਵੇ ਗਿਲਾ ਨਹੀਂ ਕਰੇ ਸਾਂ ਅੱਲਾ ਤੇ ਖੁਸ਼ ਹੋ ਖੁਸ਼ ਹਾਂ ਹਮੇਸ਼ਾ ਵਾਸਤੇ ਹਮੇਸ਼ਾ ਵਾਸਤੇ ਮਾਂ ਜੀ ਕਹਿੰਦੇ ਆ ਮੈਂ ਹਮੇਸ਼ਾ ਵਾਸਤੇ ਖੁਸ਼ ਹਾਂ ਇੱਧਰ ਲਿਆਓ ਜੀ ਇਸ ਸਾਈਡ ਦੇ ਉੱਤੇ ਹਾਂਜੀ ਰਾਸ਼ਨ ਦਾ ਡੱਬਾ ਵਾ ਇਹਦੇ ਚ ਉਹ ਚੀਜ਼ਾਂ ਨੇ ਜਿਹੜੀਆਂ ਅਮੀਰ ਲੋਕ ਇਹ ਵਨ ਕੁਆਲਿਟੀ ਦੀਆਂ ਖਾਂਦੇ ਨੇ ਚਾਵਲ ਆ ਤਾਂ ਸੁਪਰ ਬਾਸਮਤੀ ਕਾਇਨਾਤ ਚੀਨੀ ਜਾਮੇ ਸ਼ੀਰੀ ਇਹ ਚ ਹਰ ਉਹ ਚੀਜ਼ ਆ ਕਿ ਜਿਹੜੀ ਜਿਹੜੀ ਘਰ ਜ਼ਰੂਰਤ ਆ ਠੀਕ ਹੈ ਇਹ ਤੁਹਾਡੇ ਵਾਸਤੇ ਤੁਹਾਨੂੰ ਮੁੱਕਣ ਨਹੀਂ ਲੱਗਾ ਆਪਣੇ ਬੱਚੇ ਨੂੰ ਖਿਲਾਓ ਪਿਲਾਓ ਠੀਕ ਹੈ ਔਰ ਇਹਦੇ ਵਿੱਚ ਰਮਜ਼ਾਨ ਪੈਕੇਜ ਆ ਇਹਦੇ ਵਿੱਚ ਹਰ ਚੀਜ਼ ਦਾ ਆਟਾ ਵੀ ਤੁਹਾਡੇ ਵਾਸਤੇ ਲੈ ਕੇ ਆਏ ਹਾਂ 20 ਕਿਲੋ ਦਾ ਅੱਛਾ ਇਹ ਹਰ ਮਹੀਨੇ ਤੁਹਾਨੂੰ ਪਹੁੰਚਾਇਆ ਕਰਾਂਗੇ ਇਨਸ਼ਾ ਅੱਲਾ ਠੀਕ ਹੈ ਅਤੇ ਇਸ ਉਮਰ ਦੇ ਵਿੱਚ ਤਾਰਾ ਜੀ ਇਹ ਇੰਨੀ ਮਿਹਨਤ ਕਰਦੇ ਪਏ ਨੇ ਔਰ ਦੇਖੋ ਕਿ ਅੱਜ ਵੀ ਮਹੱਲਿਆਂ ਵਿੱਚ ਪਏ ਤੰਦੂਰ ਹੁੰਦੇ ਸਨ ਅਤੇ ਇਹ ਸਾਡੀਆਂ ਮਾਵਾਂ ਜਿਹੜੀਆਂ ਨੇ ਰੋਟੀਆਂ ਲਾ ਕੇ ਅਤੇ ਪੈਸਾ ਇੱਜ਼ਤ ਨਾਲ ਬਹਿ ਕੇ ਕਿਸੇ ਅੱਗੇ ਹੱਥ ਨਹੀਂ ਫੈਲਾਉਂਦੀਆਂ
ਤੇ ਮੈਂ ਕਹੀ ਹੌਸਲਾ ਅਫਜ਼ਾਈ ਕਰਨੀ ਚਾਹੀਦੀ ਆ ਬਹੁਤ ਪਹਿਲੇ ਤੰਦੂਰ ਜਿਹੜਾ ਨਾ ਔਰਤਾਂ ਲਗਾਉਂਦੀਆਂ ਸੀ ਲੇਕਿਨ ਹੁਣ ਆਸਤਾ ਆਸਤਾ ਖਤਮ ਹੁੰਦਾ ਜਾ ਰਿਹਾ ਲੇਕਿਨ ਮੈਂ ਦੇਖਿਆ ਵਾ ਕਿ ਮਾਂ ਜੀ ਹਜੇ ਵੀ ਇਸ ਉਮਰ ਦੇ ਵਿੱਚ ਤੰਦੂਰ ਅੱਗੇ ਬੈਠੇ ਨੇ ਔਰ ਗਰਮੀ ਦੇ ਦਿਨ ਆ ਰੱਬ ਨੇ ਭੇਜੇ ਆ ਕੋਈ ਖਰਾਤ ਨਹੀਂ ਹੈਗੀ ਕੋਈ ਤੁਹਾਡੇ ਆਸਾਨ ਨਹੀਂ ਜੇ ਹੈਗਾ ਲੇਕਿਨ ਜਿਨ੍ਹਾਂ ਨੇ ਭੇਜੇ ਆ ਨਾ ਉਹਨਾਂ ਵਾਸਤੇ ਆਪਣੇ ਵਾਸਤੇ ਦੁਆ ਕਰਿਓ ਉਹਨਾਂ ਵਾਸਤੇ ਅਰਸ਼ਾਂ ਦੇ ਰੰਗ ਲਾਵੇ ਮਾਂ ਜੀ ਨੇ ਦੁਆ ਕੀਤੀ ਆ ਕੱਲਾ ਉਹਨਾਂ ਨੂੰ ਅਰਸ਼ਾਂ ਦੇ ਰੰਗ ਲਾਵੇ ਅੱਲਾ ਪਾਕ ਉਹਨਾਂ ਸੇ ਆਸਾਨੀਆਂ ਪੈਦਾ ਕਰੇ ਸਾਡੇ ਵਾਸਤੇ ਦੁਆ ਕਰਿਓ ਕਿ ਅੱਲਾ ਪਾਕ ਸਾਨੂੰ ਹਿੰਮਤ ਦੇ ਰੱਖੇ ਠੀਕ ਹੈ ਇਨਸ਼ਾ ਅੱਲਾ ਇਸੇ ਤਰ੍ਹਾਂ ਇਹੋ ਜਿਹਾ ਮਾਮਾ ਦੀ ਖਿਦਮਤ ਕਰਦੇ ਰਹੋ ਆਮੀਨ ਚਲੋ ਜਿੰਦੇ ਵਾਸਤੇ ਰਹੋ ਖੁਸ਼ ਰਹੋ ਤੁਸੀਂ ਵੀ ਖੁਸ਼ ਰਹੋ ਰੋਟੀ ਲਾ ਕੇ ਦਿਖਾਓ ਕਿੱਦਾਂ ਲਾਉਂਦੇ ਹੋ ਹਾਂ ਰੋਟੀ ਲਾ ਕੇ ਹਾਂ ਰੋਟੀ ਲਾ ਕੇ ਦਿਖਾਓ ਕਿੱਦਾਂ ਲਾਉਂਦੇ ਉਤਰੋ ਰਾਵੀ ਉਹ ਸੁੱਕਾ ਆਟਾ ਥੋੜਾ ਜਿਹਾ ਮਿੰਚਾ ਦੇ ਉਤਾ ਵਿੱਚ ਬੋਰੀ ਦੇ ਥੋੜਾ ਜਿਹਾ ਲਈ ਆ ਉਹ ਠੀਕ ਆ ਉੱਥੋਂ ਤੇ ਝਾਕ ਗਿਆ ਸਾਨੂੰ ਰੋਟੀਆਂ ਲਾ ਦੇਣ ਹੁਣ ਮੈਂ ਬਹਿ ਗਈ ਮਕਾ ਜਿਸ ਤਰ੍ਹਾਂ ਮਾਂ ਜੀ ਰੋਟੀ ਪਕਾਉਂਦੇ ਪਏ ਨੇ ਬੇਸ਼ੁਮਾਰ ਲੋਕਾਂ ਨੂੰ ਆਪਣੀ ਮਾਵਾਂ ਯਾਦ ਆਉਂਦੀਆਂ ਆਉਂਦੀਆਂ ਆਉਣਗੀਆਂ ਸ਼ਕਲਾਂ ਮੇਰਾ ਸਾਰਾ ਸ਼ਹਿਰ ਹੀ ਇੱਜ਼ਤ ਕਰਦਾ ਜਿਤਨੀ ਹੈ ਕਾ ਮਖਲੂਕਾਤ ਖੜੀ ਅੰਮਾ ਤੋਂ ਬਾਅਦ ਕਦੇ ਸਾਧ ਨਹੀਂ ਕਿਸੇ ਮਾਰਿਆ ਅੱਛਾ ਖੁਸ਼ ਹੋ ਖੁਸ਼ ਤੇ ਬਾਦ ਰਹੋ ਚਲੋ ਬਹੁਤ ਸ਼ੁਕਰੀਆ ਜਿੰਦੇ ਵਾਸਤੇ ਰਹੋ ਅੱਲਾ ਪਿਆਰ ਦੇ ਦੇ ਅੱਲਾ ਤੁਹਾਡੀ ਜ਼ਿੰਦਗੀ ਸਾਰਿਆਂ ਜਿਹੜੇ ਮੇਰੇ ਬੇਟੇ ਆਏ ਉਹ ਮੇਰੀ ਵਾਸਤੇ ਸਾਰਿਆਂ ਨੂੰ ਬਹੁਤ ਸ਼ੁਕਰੀਆ ਅਰਸ਼ਾਂ ਦੇ ਰੰਗ ਲਾਵੇ ਅੱਲਾ ਵੱਡੀ ਉਮਰ ਦੇਵੇ ਬਹੁਤ ਸ਼ੁਕਰੀਆ ਆਮੀਨ ਅੱਲਾ ਹਾਫਿਜ਼ ਹਾਂ